बेबे भाई देख हाँ। के टोकर ना मरवा ले हां भाई ऐ तेरा कपड़े बेच दी जी पिंड जी हां तो कपड़े बेच दी सी तेरे वास्ते ले आ सारे कपड़े मेरे वास्ते हां सशिकल मासी ससरी कार पुत हो ठीक है हां हां तू दस ठीक ठाक है ठीक ठाक बढ़िया तू दस हां हां बढ़िया चल मैं पानी लेके आई होर होर भाई ठीक ठाक बढ़िया चल बढ़िया मासी ਸਾਨੂੰ ਫੋਨ ਕਰ ਦਿੰਦੀ ਅਸੀਂ ਆ ਜਾਂਦੇ ਲੈਣ ਦੇ ਹੁਣ ਤਾਂ ਮੈਂ ਐ ਨਾ ਕਰਿਆ ਮਹਾ ਕੋਈ ਕੰਮ ਧੰਦਾ ਕਰਦੇ ਹੋਗੇ ਉੱਚੇ ਹੋਗੇ ਕੰਮ ਧੰਦੇ ਚ ਤੇ ਮੈਂ ਵਰਿੰਦਰ ਨੂੰ ਲਿਆਉਣਾ ਸੀ ਨਾਲ ਫਿਰ ਉਹ ਕਿਉਂ ਨਹੀਂ ਆਇਆ ਤੇ ਉਹਦੀ ਮਜਬੂਰੀ ਹੋ ਗਈ ਉਹਦਾ ਪੇਪਰ ਸੀਗਾ ਹਾਂ ਤੇ ਮੈਂ ਤਾਂ ਉੱਥੋਂ ਆਟੋ ਕਰਾ ਲਿਆ ਮਹਾ ਬਾਰਗੇ ਤਾਂ ਲਾਉਣਾ ਹੀ ਐ ਮੈਂ ਤਾਂ ਨਹੀਂ ਕਿਸੇ ਨੂੰ ਦੁੱਖ ਦਿੱਤਾ ਸਸਰੀ ਕਾ ਵਾਸੀ ਸਸਰੀ ਕਾ ਭਾਈ ਹੋਰ ਠੀਕ ਠਾਕ ਹੈ ਹਾਂ ਅੱਗੇ ਵਧੀਆ ਹਾਂ ਠੀਕ ਠਾਕ ਬਸ ਹਾਂ ਟੋਲੀ ਟੋਲੀ ਧਰ ਦੋ ਚੱਕ ਕੇ ਪੰਜੀਰੀ ਵਾਲੀ ਪਰੇ ਕੋਈ ਨਹੀਂ ਹਾਂ ਰੱਖ ਲਓ ਹਟ ਜਾ ਮੈਂ ਤਾਂ ਚੀਜੀ ਦੇਖਦਾ ਕੋਈ ਚੀਜੀਆਂ ਉਹਦੇ ਜਾ ਟੋਲੀ ਕਾਹਨੂੰ ਐਵੇਂ ਚੌੜ ਕਰੀ ਜਾਂਦਾ ਰਹਿਣਾ ਹੈ ਚੀਜੀਆਂ ਬਈ ਚੌੜ ਨਹੀਂ ਕਰਦਾ ਭੁੱਖ ਲੱਗੀ ਮੈਂ ਕਿਤੇ ਬੀਬੀ ਚੀਜੀ ਇਹਦੇ ਤਾਂ ਕੱਪੜੇ ਐ ਸਾਰੇ ਉਹ ਜਲੂਸ ਕੱਢਣ ਲੱਗ ਜਾਣਾ ਆਉਂਦਾ ਸਾਰੇ ਤੇਰੇ ਕੱਪੜੇ ਲਿਆਂਦੇ ਨੇ ਕਾਕੇ ਦੇ ਲਿਆਂਦੇ ਐ ਸਾਰੇ ਮੇਰੇ ਸਾਰੇ ਤੂੰ ਪਾ ਲੀ ਤਾਂ ਸਾਰੇ ਤੂੰ ਪਾ ਲੀ ਮਾਸੀ ਵਰਿੰਦਰ ਨਹੀਂ ਆਇਆ ਵਰਿੰਦਰ ਦਾ ਤਾਂ ਪੇਪਰ ਸੀ ਪੁੱਤ ਅੱਛਾ ਅੱਛਾ ਹਾਂ ਫਿਰ ਮੈਂ ਉਹਦੀਆਂ ਤਾਂ ਤੈਨੂੰ ਪਤਾ ਮਜਬੂਰੀ ਦਿਮਾਰੀ ਨਾ ਹੋਈ ਮੈਂ ਆਖਿਆ ਚੱਲ ਕਾਹਨੂੰ ਦੁੱਖ ਦੇਣਾ ਨਹੀਂ ਨਹੀਂ ਬਸ ਵਧੀਆ ਗੱਲ ਹੈ ਚੱਲ ਕੋਈ ਗੱਲ ਨਹੀਂ ਤਾਂ ਉਹਦੀ ਮਜਬੂਰੀ ਸੀ ਵਿਚਾਰੇ ਦੀ ਸਹੀ ਗੱਲ ਹੈ ਨਹੀਂ ਉਹ ਕਦੋਂ ਜਵਾਬ ਦਿੰਦਾ ਮੈਨੂੰ ਗੱਲ ਬੱਕੀ ਉਹਦਾ ਵਿਚਾਰਾ ਇੱਕ ਫੋਨ ਤੇ ਆ ਜਾਂਦਾ ਤਾਂ ਉਹ ਕਦੋਂ ਜਵਾਬ ਦਿੰਦਾ ਚੱਲ ਮੈਂ ਚਾਹ ਬਣਾਉਣੀ ਹੈ ਹਾਂ ਤੂੰ ਚਾਹ ਬਣਾ ਚੱਲ ਮੈਂ ਭਾਵੇਂ ਨਹੀਂ ਤੂੰ ਠਹਿਰ ਕੇ ਬਣਾ ਲਿਓ ਚਾਹ ਹਜੇ ਚੱਲ ਕੋਈ ਨਹੀਂ ਸਟਾਪ ਹੈ ਉਹਨਾਂ ਨੂੰ ਵੀ ਡਿੱਕੀ ਆਨੇ ਆ ਕਾਂਚਣ ਵਰਗਿਆਂ ਨੂੰ ਉਹ ਵੀ ਨਹੀਂ ਆਏ ਉਹਦੀ ਬਣਾ ਲਿਓ ਚੱਲ ਉਹਨਾਂ ਦੇ ਆਇਆ ਤੋਂ ਚੱਲ ਆਉਂਦੇ ਹੋਣਗੇ ਉਹ ਤੂੰ ਭਾਗੋ ਨੂੰ ਲਿਓ ਬਾਹਰ ਠੀਕ ਹੈ ਚੜੀ ਸੀ ਮੈਂ ਲਿਉਣੀ ਆ ਭਾਗੋ ਹਾਂ ਲਿਓ ਆ ਲਵੀ ਭਾਲ ਚਾਹ ਲਾਲਾ ਮਸੀ ਜੁੜੇ ਜੁੜੇ ਲਾਲਾ ਕੋਈ ਨਹੀਂ ਪੁੱਤ ਮੈਂ ਤਾਂ ਆਟੋ ਜੀ ਬੈਠ ਕੇ ਉਤਾ ਆ ਗਈ ਕੋਈ ਔਖੀ ਤਾਂ ਮੈਂ ਹੋਈ ਨਹੀਂ ਚਲ ਹੋਰ ਵਧੀਆ ਲਾ ਗਿਆ ਵਿਚਾਰਾ ਬਾਹਰ ਗਏ ਸਮਾਨ ਜਾਏ ਕਰੋ ਮੇਰੀ ਗੱਲ ਸੁਣੋ ਇਹਨੂੰ ਲੈ ਜਾ ਨਾਲ ਆ ਫ੍ਰਿਜ ਅੰਦਰ ਧਰਾ ਦੇ ਚਲੋ ਚਲੀ ਕਿੱਥੇ ਓਏ ਆ ਫ੍ਰਿਜ ਅੰਦਰ ਲਾਈਏ ਚਲ ਮੈਂ ਇਹਦੇ ਵਿੱਚ ਬੈਠੂਗਾ ਤੇ ਧਰਾ ਦੇ ਹਾਂ ਨਾਲ ਵਿੱਚ ਬੈ ਜੀ ਠੰਡਾ ਹੋਣਾ ਚੱਕਰੇ ਨੇ ਗਾਂਢੀ ਦੇ ਨਾ ਵੀ ਕਿਸੇ ਨੂੰ ਮਾ ਕੇ ਲੈਣਾ ਨਹੀਂ ਦਿੰਦੀ ਤੇਰੇ ਆਪਾਂ ਲੈ ਬਹਿ ਜਾ ਭਾਈ ਬੇਬੇ ਨੂੰ ਆ ਗਈ ਹਾਂ ਆ ਕੀ ਲੈ ਕੇ ਆਈਆਂ ਬੇਬੇ ਤੂੰ ਅਰੇ ਬੋਲ ਤੇਰੇ ਵਾਸਤੇ ਧਿਆਨ ਨਾ ਬਹਿ ਜਾ ਭਾ ਕੋਈ ਤੂੰ ਇੱਥੇ ਬਹਿ ਜਾ ਲੈ ਆ ਲੈ ਭਾਈ ਤੇਰੇ ਦੋਤਾ ਹੋਰ ਮਾਸੀ ਮੈਂ ਬੈਠਾ ਹਾਂ ਹਾਂ ਤੂੰ ਬੋਲ ਗਿਆ ਮੈਂ ਲੈਣਾ ਕੁਰਸੀ ਤੁਹਾਡੇ ਵਾਸਤੇ ਲੈਣਾ ਪੈਣੀ ਕੁਰਸੀ ਮੈਂ ਹੋ ਠੀਕ ਹੋ ਹਾਂ ਠੀਕ ਤੁਹਾਨੂੰ ਡਿੱਕੀ ਆਂਦੇ ਸੀ ਲੇਟ ਹੋ ਗਏ ਮੈਨੂੰ ਫੇਰ ਮੁਸਕ ਆਉਂਦਾ ਮੈਨੂੰ ਲੱਗਦਾ ਹੈ ਨਾ ਟੱਟੀ ਲੈ ਬੜੇ ਇਹਦੇ ਬਹਿ ਜਾ ਕੁਰਸੀ ਤੇ ਤੂੰ ਆਹੀ ਕੁਛ ਕਰਦੀ ਰਹਾ ਕਰ ਇਹ ਕੋਈ ਨਹੀਂ ਫੇਰ ਟੱਟੀ ਕਰੂਗੀ ਕਰੂਗੀ ਇੱਥੇ ਬਹਿ ਜਾ ਭਾਈ ਹਾਂ ਉਹ ਸਾਰੇ ਠੀਕ ਹੋ ਆ ਜਾ ਪਾਣੀ ਲਿਆ ਦੇ ਸਾਰੇ ਠੀਕ ਆ ਵਧੀਆ ਸੋਹਣਾ ਹੈ ਤਾਂ ਨਾਲੇ ਕਹਿੰਦੀ ਸੀ ਜਵਾਕ ਲੈ ਕੇ ਆਉਂ ਫੇਰ ਨਹੀਂ ਜਵਾਕ ਲਈ ਬਸ ਬਸ ਪਤਾ ਕੀ ਹੈ ਭਾਬੀ ਕੰਮ ਸਕੂਲ ਰਹਿ ਜਾਂਦਾ ਉਹਨਾਂ ਦਾ ਛੁੱਟੀ ਹੁੰਦੀ ਤੂੰ ਤਾਂ ਜਮਾ ਨਹੀਂ ਛੁੱਟੀ ਮਰਵਾਉਂਦੀ ਭਾਈ ਉਹ ਫਿਰ ਮਰਵਾਉਣੀ ਵੀ ਨਹੀਂ ਚਾਹੀਦੀ ਛੁੱਟੀ ਜਵਾਕਾਂ ਦੀ ਐਵੇਂ ਲੱਗਦਾ ਤੈਨੂੰ ਪਤਾ ਪੜ੍ਹਾਈ 'ਚ ਪਿੱਛੇ ਰਹਿ ਜਾਂਦੇ ਨੇ ਫਿਰ ਸਹੀ ਗੱਲ ਪਹਿਲਾਂ 2 ਸਾਲ ਬੰਦ ਹੀ ਰਹੇ ਇਹ ਬੇਬੇ ਤੂੰ ਆ ਛੁੱਟੀ ਮੈਨੂੰ ਦੇ ਕੇ ਜਾ ਆਈ ਚੰਗਾ ਕਿੰਨੀ ਚੰਗਾ ਤੂੰ ਪਾ ਲਈ ਆਪਣਾ ਤਾਂ ਇੱਕ ਹੀ ਮੇਚਾ ਮਾਵਾ ਧੀਆਂ ਦਾ ਤੂੰ ਪਾ ਲਈ ਹਾਂ ਸੋਹਣੀ ਹੈਗੀ ਆ ਦੇਖ ਮੇਰਾ ਲੈ ਮਾਸੀ ਤੂੰ ਤਾਂ ਬਾੜੀ ਲੀੜੇ ਕੱਪੜੇ ਜੇ ਲਈ ਹੈ ਫਿਰ ਬਾੜੀ ਦੇ ਕੰਮ ਸੀ ਉਹੀ ਗੱਲ ਕਿੰਨੇ ਆਨੰਦ ਭਰਜਾਈ ਦੇ ਤੁਹਾਡੇ ਦੋ ਭਾਗੋ ਦੇ ਆ ਤੇ ਆ ਛੋਡੇ ਆ ਕੁਰਤੇ ਪਜਾਮੇ ਆ ਮੁੰਡਿਆਂ ਦੇ ਤੇ ਭਾਈ ਜਵਾਕ ਦੇ ਨਹੀਂ ਮੈਂ ਛੋਟੇ ਖਰੀਦੇ ਨਾ ਐਵੇਂ ਨੂੰ ਪਤਾ ਜਾ ਲੱਗਿਆ ਕੋਈ ਤੇ ਮੈਂ ਤਾਂ ਨਾ ਪੈਸੇ ਲਈ ਆ ਲਓ ਭਾਈ ਅੱਛਾ ਮੈਂ ਆਖਾ ਤੁਸੀਂ ਆਪਦੇ ਪਸੰਦ ਦੇ ਲਿਆਇਓ ਮੈਨੂੰ ਪਤਾ ਨਹੀਂ ਲੱਗਣਾ ਚੱਲ ਕੋਈ ਨਹੀਂ ਮਾਸੀ ਇੰਨੇ ਪਸੰਦ ਤਾਂ ਕੀ ਸੀ ਕੱਲੇ ਭਾਗੋ ਦੋ ਲਿਆਓ ਨਾ ਤਾਂ ਕੁਛ ਨਹੀਂ ਸੀ ਪੁੱਤ ਸਾਡੀ ਟਾਈਮ ਹੀ ਖੇਚ ਲਾ ਕੀਤੀ ਮੈਂ ਸਾਰਾ ਆਪਣੇ ਦਵਾਏ ਆ ਕਾਤੋਂ ਨਹੀਂ ਸੀ ਅਰੇ ਬੇ ਤੇਰੀ ਨਾ ਗੱਲ ਮੈਂ ਬਾਅਦ ਚ ਸੁਣਦੀ ਐ ਤੂੰ ਤਾਂ ਆਪਦੀ ਹੀ ਮਾਰੀ ਜਾਨੀ ਐ ਲੋ ਆ ਸਮਝਦੀ ਨਹੀਂ ਮੈਨੂੰ ਬਣਾ ਦੇ ਉਤਨਾ ਹ ਪੰਜੀਰੀ ਰੱਖ ਕੇ ਆਂਦਾ ਕੋਈ ਆ ਜਾਂਦਾਗਾ ਐ ਤੂੰ ਪੰਜੀਰੀ ਕਿਹਦੇ ਵਾਸਤੇ ਲੈ ਕੇ ਆਈਆਂ ਤੇਰੇ ਵਾਸਤੇ ਲੋ ਤੇਰੇ ਵਾਸਤੇ ਮੈਂ ਮੂੰਹ ਨਹੀਂ ਖਾਂਦੀ ਕੱਲੀ ਕਾਤੋਂ ਨਹੀਂ ਖਾਂਦੀ 1 2 3 ਮੈਨੂੰ ਉਹਨਾਂ ਨੇ ਸਿਖਾਇਆ ਸੀ 4 ਓਏ ਖੜ ਜਾ ਤੂੰ ਤੈਨੂੰ ਹਿੱਸੇ ਪਾ ਕੇ ਲੈ ਕੇ ਆ ਉਹਦਾ ਫੁੱਲੀਆਂ ਗੱਲਾਂ ਵਾਲੀ ਦੀਆਂ ਗੱਲਾਂ ਦੇਖ ਵਿੱਚ ਵੜ ਗਈਆਂ ਤਿੰਨੇ ਭੈਣਾ ਖਾ ਲਓ ਨਾਲੇ ਉਹਦਾ ਹਿੱਸਾ ਫੇਰ ਮੈਂ ਖਾਉਂਗੀ ਨਹੀਂ ਚਾ ਕੇ ਉੱਥੇ ਬੈੜੀ ਨੂੰ ਪਾਇਆ ਤਿੰਨੇ ਭੈਣਾ ਖਾ ਲਓ ਜਿੱਦੇ ਇਹ ਮੁੱਕਗੀ ਨਾ ਢੋਲੀ ਹੋਰ ਲਾ ਕੇ ਲਿਆ ਦੋ ਨਹੀਂ ਨਹੀਂ ਬਾਈ ਵੰਡ ਕੇ ਐਵੇਂ ਹੋ ਨਹੀਂ ਤਿੰਨ ਜਗ੍ਹਾ ਦੇ ਵੰਡ ਕੇ ਚੱਲ ਕੋਈ ਨਹੀਂ ਤਿੰਨ ਹਿੱਸੇ ਪਾ ਜੂਗੀ ਮੈਂ 11000 ਰੁਪਏ ਪੁੱਤ ਜਵਾਕ ਕਰਨੀ ਕੱਪੜਿਆਂ ਦਾ ਮਾਸੀ ਇਹ ਕਿਉਂ ਵੇਚਣਾ ਕੀਤੀ ਆ
ਕੋਈ ਨਹੀਂ ਖੇਚੜਾ ਕਾਦੀ ਐ ਫਿਰ ਮੈਂ ਤਾਂ ਖਰੀਦੇ ਨਹੀਂਗੇ ਲਿਆ ਤੂੰ ਰੱਖ ਲਾ ਕੋਈ ਨਾ ਪੈਸੇ ਨਹੀਂ ਮੋੜੀ ਦੇ ਹੁੰਦੇ ਕਹਿੰਦੇ ਹਟ ਜਿਆ ਕਰ ਕਰ ਲੈਣ ਦਿਆ ਕਰ ਕੋਈ ਗੱਲ ਚੱਲ ਕੋਈ ਨਾ ਰੱਖ ਕੇ ਆਪਣੇ ਜੀ ਦੇ ਅੰਦਰ ਹਾਂ ਵਾਸੀ ਰੱਖੇ ਹੋਣੀਆਂ ਕੋਈ ਨਹੀਂ ਹਾਂ ਆ ਕੱਪੜੇ ਦੇਖ ਲੈ ਤੂੰ ਤੇਰੇ ਸੋਹਣੇ ਲੱਗੇ ਇਹ ਨਹੀਂ ਤੇਰੇ ਇਹ ਤਾਂ ਕੋਈ ਨਹੀਂ ਕੰਮ ਵਾਲੀ ਦੇ ਨੇ ਆ ਤਾਂ ਨਾ ਭਾਈ ਕੰਚੂ ਦਾਗਾ ਠੀਕ ਆ ਵਾਸੀ ਹਾਂ ਇਹਦੀ ਵੀ ਲੋੜ ਸੀਗੀ किन्ने कामड़ मारी जाओ चल ले भाई हो गया बहुत सोहना चल भाई चाचू बन गई हूँ आज भाई सारे अंदर जाके चाह पी लो हाँ जा चाचू पाओ करा चाह बहुत सोहने मासी भाई आया पाओ तो खेचड़ा कर ली उधर तो फ्रिज दा ला एडा बड़े काम तो ला खेचड़ा खा दी है वो तो कोई खेचड़ा नहीं है रब दवावे सही चल ये तो गल है ये ता ही तो फिर मासी असी नहीं मोड़ दिया मसा खुशी आई है ता असी छड़ दिया नहीं सी जीरो इना ना डट डट हो गया तू फिर भी लेके आएगी मैं फिर बादू कुछ ले हूं हां हां ठीक है हां मेरी भागो तो कर मारी है खेड ला ਆਪਾ ਫੇਡੀ ਹਾਂ ਖੇਡ ਦਿੰਦੇ ਆ ਚੱਲ ਮੈਂ ਮੈਨੂੰ ਜੋ ਪਹਿਲੇ ਜਵਾਬ ਨੂੰ ਅੰਦਰ ਰੱਖਿਓ ਕਿਤੇ ਪਹਿਲੇ ਹੀ ਛਿੜ ਦਿਓ ਹਾਂ ਤਾਂ ਮੈਨੂੰ ਖੜ ਜਾ ਮਾਰਾ ਜੋੜ ਦੇ ਜੁੱਤੀ ਪਾ ਲੈ ਚੱਲ ਕੋਈ ਨਹੀਂ ਮਾਸੀ ਆ ਜਾ ਭਾਈ ਅੰਦਰ ਆ ਕੇ ਚਾਹ ਪੀ ਲਓ ਆ ਚੱਕੋ ਪੰਜੀਰੀ ਚੱਕ ਲਿਓ ਕੋਈ ਨਹੀਂ ਚੱਕ ਦਿੰਦਾ ਮੈਂ ਸਾਰਾ ਸਮਾਨ ਚੱਕ ਦਿੰਦਾ ਹੋਰ ਚੱਕ ਲੈ ਐ ਕੀ ਹੋ ਰਿਹਾ ਲੈ ਜੀ ਅੰਦਰ ਦੇਖੀ ਕੋਠੇ ਦੇਖ ਲੈ ਢੀਠ ਜੀ ਦੇਖ ਕੇ ਮੂੰਹ ਬੜਾ ਕਰ ਲੈ ਚੁੱਪੋਏ ਕੋ ਤਾਂ ਚੁੱਪੋ ਕੀ ਹੋ ਗਿਆ ਸੀ ਚੁੱਪੋਇਆ अपना जवाक अपने करनी बाले मैं चूर के देसी घ्यो पा के विच कोई नी देसी घ्यो पा के बाद च रोटी खाई पहला पंजीरी ले आउंदी ओह पंजीरी खा ली मैं एक सत्त ते खाऊंगी फिर नी पता तेरे सत्त दा मैनू पता हां पता ओ तिन्ना कौलियां च कहा उहनू भी ले हां बेड तो उतर जोगी हो जा मेनू लगता है जेडे हिसाब तू पंजीरी दे तां हाथ नहीं लाउंदी उतर की देख मैं तेनू हुणी साला मार रहन दे चाह पी के रखी सी तू तो सारा दिन चाह पी पी के गल्लां फलाई जाया कर लगी जाऊगी सारा दिन दस एदियां गल्लां की कहिंदियां ने तेनू जवाक चंगा खिजा चल हूं दे तो मिनट च सौ जाता सौ गया मैं कल खिजदी हाँ दुखी करता सौ नहीं दिता तेन का दुखी करता अड़ीए तू तो आप मौजे ना पई रही सब तेन हसी है तू ही दुखी हो जानी पई हुई जवाक पता लोग किन सुखा सुख सुख लेंगे ने रब ने तेरी तो पहलिया च सुन ली कामल की जवाकों ए नहीं कहते होंगे फिर एवं थोड़ी मिन भागा भरी कहते ने तू तो मन दया ही नहीं है मन गई बई मन गई असी तो कुछ नहीं कहनी अस तेन कह भागा भरी भाई आहो खा लो तुम भी पंजीरी हूँ छेती आहो खाई जाने असा।
गंजू की करदा तेनू हजारां बारी आख्या भी इहनूं गंजा गंजा ना कहा कर बे मुंडे दा ना चंगा भला अरमान आ अरमान कह के बुला लिया कर उहनूं ए थोड़े मोटे दिमाग ने दोनों दे ओहदे बाल तां इक नहीं हैगा सिर ते हां फिर गंजा ही कहना उहनूं कोई नी फिर जे बाल नी हुण गंजा तां नी कहना ना ओहदा अरमान आ अरमान लिया करो ना मैं तू भी समझ जानी अज तां गंजा ही कहांगे भाई साडा मुंडा साडी मर्जी आ थोड़ी कृपाण कृपून कहंदा अज तां गंजू कहांगे चल चक वीर भर भांडे चंगा मैं चकूंगा गंजू ना ना मासूम सुता पे तू जा भर जा ना ला फिर मैं आवाज मार दो जो उठे हाँ जो उठ गया तक आवाज मार दूंगा जा पाछे उधर जाके खा ले हाँ ले जा हाँ ले जा खाला भूखा किन्ना वा जदी आ जांदा देख के जदी मैनूं तां ऐनी भैड़ी टोक लगदी आ ना जमी कुछ खान जी नहीं कोई नहीं तेरा तो जी करदा नहीं हुण सौना सौ जा घंटा मुंडा उठदा रहू सौ जा नहीं मैं तां ऐ पौंगी ऐ ऐ मैनूं वधिया लगदा सौना ऐ सौ जा चंगा इक तां तेरे नखरे केड़ा चले तू किधर आ गया मैं तो एक चीज भालदा सी चीज केड़ी डब्बी सी खाली ओए ओ की करनी है तैं अग लाउणी है इत्थे ओए अग उगना ला दी किते उन्हां ने हजे तूड़ी बनाउण वाली पई है भाई ओ तूड़ी तो उन्हां ने बनाउणी है ना आपां तां अग लाउणी है फिर मैं तां लाऊंगा ओ मेरी गल सुन इहदी रौणी होगी इत्थे मूंगी बीजांगे कल नूं रोटा वीटर ना वाह के इहनूं समझ गया गल तू आ जा चुप करके इधर नाले चाह तेरी भाबी वर्गियां लैके नहीं आईआं मैनू की पता मैनू तो घरों भजाता ही उन्होंने चुप करके आ जा इधर कितने डब्बी भाल के ला लू ना दई अग उन्होंने हजे काम करने वाला पाया आ जा इधर मैं कहना ला दें बस बस आ जा चुप करके इधर बई हाँ मैं सूए ते ना ਉਹ ਬੱਸ ਜਾ ਰਿਹਾ ਐਵੇਂ ਨਾ ਮਰੀ ਜਾਇਆ ਕਰ ਉੱਥੇ ਹੋਰ ਪੰਗਾ ਖੜਾ ਹੋ ਜੂਗਾ ਐਵੇਂ ਕਈ ਵਾਰੀ ਬੰਦੇ ਦਾ ਹੱਥ ਹੁੱਥ ਨਹੀਂ ਪੈਂਦਾ ਹੁੰਦਾ ਡੁੱਬ ਜਾਂਦਾ ਹੁੰਦਾ ਬੰਦਾ ਫਿਰ ਇਹ 'ਚ ਡੁੱਬ ਜਾਂਦਾ ਉਹ ਜ਼ਰੂਰੀ ਆ ਇਹਦੇ ਵਿੱਚ ਕਿਹੜਾ ਪਾਣੀ ਹੈ ਹੁਣ ਸੁੱਕ ਗਿਆ ਪਾਣੀ ਇਹਦੇ 'ਚ ਆ ਗਈ ਤੇਰੀ ਭਾਬੀ ਵੀ ਓਹੋ ਬਹਿ ਗਿਆ ਸੀ ਉਹ ਬਹਿ ਗਿਆ ਸੀ ਇਹਨੂੰ ਕਾਹਨੂੰ ਭੇਜ ਦਿੰਦੇ ਹੁੰਦੇ ਯਾਰ ਇੱਥੇ ਕੀ ਕਰਕੇ ਫਿਰ ਉੱਥੇ ਭਾਈ ਮੁੰਡੇ ਨੂੰ ਸੌਣ ਦਿੰਦਾ ਹੈਗਾ ਇਹ ਨਾ ਉਹਨੂੰ ਟੇਕਣ ਦੇਵੇ ਤਾਂ ਭੇਜ ਦਿੰਦੇ ਹੁੰਦੇ ਹੋਰ ਦੱਸ ਕੀ ਕਰੀਏ ਇਹਦਾ ਬਾਵਾ ਮੈਂ ਆ ਗਿਆ ਇੱਧਰਲੇ ਪਾਸੇ ਨੂੰ ਇਹਨੂੰ ਮੈਂ ਦੇਖ ਲਿਆ ਡੱਬੀ ਭਾਲਦਾ ਫਿਰਦਾ ਸੀਗਾ ਮੈਂ ਕਿਹਾ ਪੰਗਾ ਨਾ ਖੜਾ ਕਰਦੀ ਕਿਤੇ ਅੱਗ ਲਾ ਦੇ ਕਹਿੰਦਾ ਅੱਗ ਲਾਉਣੀ ਹੈ ਮੈਂ ਤਾਂ ਉਹੀ ਇਹਦਾ ਤਾਂ ਦਿਮਾਗ ਹੱਲਿਆਗਾ ਚੱਕ ਕੇ ਜਿੰਦਰਾ ਮਾਰਨਾ ਸਿਰ 'ਚ ਇਹਦੇ ਉਹ ਕੀ ਇਹਦੇ ਮਰ ਗਏ ਬਸ ਸਾਰਾ ਦਿਨ ਲਹੂ ਪੀਣ ਨੂੰ ਰਹਿੰਦੇ ਨੇਗੇ ਘਰੇ ਉਹ ਨਹੀਂ ਟੇਕਣ ਦਿੰਦੀ ਹੈਗੀ ਕਿ ਨਾ ਇਹ ਟੇਕਣ ਦੇਵੇ ਤਾਂ ਹੁਣ ਪਿਓ ਬਣ ਗਿਆ ਫਿਰ ਵੀ ਨਹੀਂ ਹਜੇ ਲੋਟ ਆਉਂਦਾ ਹੈ ਇਹ ਨਹੀਂ ਇਹ ਤਾਂ ਪੁੱਛਣਾ ਹੁਣ ਤਿੰਨ ਹੋ ਗਏ ਚੱਲ ਉਹ ਤਾਂ ਜਵਾਕ ਦਾ ਕੀ ਕਸੂਰ ਆ ਉਹਨੂੰ ਤਾਂ ਜਵਾਕ ਨਹੀਂ ਇੱਕ ਤਾਂ ਦਿਨ ਨਾਲ ਖੇਤ ਕੰਮ ਕਰਾਉਣਾ ਹੈ ਉਹ ਗੁਰਜੀਤ 'ਚ ਦੇਖ ਲੈ ਆਉਣ 'ਚ ਨਹੀਂ ਆਉਂਦਾ ਖੇਤ ਬੇ ਭਾਈ ਉਹਦਾ ਬਣ ਜਾਣ ਦੇ ਕੁਛ ਕਿਉਂ ਦੰਦਾ ਧਰਿਆ ਉਹਦੇ ਉੱਤੇ ਉਹ ਤਾਂ ਵੀਜ਼ਾ ਲਵਾਉਂਦਾ ਫਿਰਦਾ ਜੇ ਬਣ ਜੂਗਾ ਅੱਜ ਗਿਆ ਸੀ ਉੱਤੇ ਪਤਾ ਨਹੀਂ ਕੀ ਇਮੀਗ੍ਰੇਸ਼ਨ ਵਾਲਿਆਂ ਦੀ ਸਹੀ ਗੱਲ ਹੈ ਵੀਜ਼ਾ ਬਾਹਰ ਜਾਣਾ ਉਹਨੇ ਓਏ ਹਾਂ ਬਾਹਰ ਵਗ ਜੂਗਾ ਵਧੀਆ ਆਪਾਂ ਸਾਰੇ ਸੈੱਟ ਹੋ ਜਾਾਂਗੇ ਜਹਾਜ਼ ਤੇ ਚੜੂਗਾ ਹਾਂ ਹੋ ਜਹਾਜ਼ ਤੇ ਚੜੂਗਾ ਮੈਂ ਵੀ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣਾ ਕੋਈ ਨਹੀਂ ਜਦੋਂ ਆਪਣਾ ਇੱਕ ਵਗ ਗਿਆ ਸਾਰੀ ਪਾ ਲਾਂਗੇ ਜਹਾਜ਼ ਦੀ ਤਾਕੀ ਨੂੰ ਹੱਥ ਸਾਰੇ ਸੈੱਟ ਹੋ ਜਾਾਂਗੇ ਚਲ ਕੋਈ ਨਾ ਫਿਰ ਤਾਂ ਹਾਂ ਜਿਹੜੇ ਇੱਥੇ ਧੱਕੇ ਖਾਂਦੇ ਫਿਰਦੇ ਆ ਨਾ ਖੇਤੀਆਂ ਖੂਤੀਆਂ 'ਚ ਕੁਛ ਨਹੀਂ ਧਰਿਆ ਪਿਆ ਸਹੀ ਗੱਲ ਆ ਜਦੋਂ ਬੰਦੇ ਕੋਲੇ ਪੈਸੇ ਹੁੰਦੇ ਨੇ ਨਾ ਉਦੋਂ ਸਾਰਾ ਕੁਝ ਹੀ ਢੱਕਿਆ ਜਾਂਦਾ ਬੰਦੇ ਦਾ ਸਮਝ ਗਿਆ ਗੱਲ ਹੁਣ ਆਪਣੇ ਕੋਲ ਪੈਸੇ ਤਾਂ ਹੈ ਨਹੀਂ ਫਿਰ ਉਹ ਜਾਊ ਕਿਵੇਂ ਉਹ ਕੋਈ ਗੱਲ ਨਹੀਂ ਕਰਾਂਗੇ ਕੋਈ ਨਾ ਕੋਈ ਹੱਲ ਭੇਜਾਂਗੇ ਉਹਨੂੰ ਤਾਂ ਬਾਹਰ ਕਰ ਪੈਸੇ ਇਕੱਠੇ ਫਿਰ ਕੱਲਾ ਕਾਮਲ ਮਾਰ ਨਹੀਂ ਜਾਣਦਾ ਹਾਂ ਲੈ ਜਾਣਾ ਉਹਨੇ ਬਾਹਰ ਪੈਸੇ ਮੈਂ ਇਕੱਠੇ ਕਰਾਂ ਮੈਂ ਤਾਂ ਚੀਜ਼ੀਆਂ ਖਾਊ ਪੈਸਿਆਂ ਦੀਆਂ ਆਹੀ ਕਰਤੂਤਾਂ ਨੇ ਤੇਰੇ ਕੋਲੇ ਹੋਰ ਕੀ ਕਰੇਗਾ ਸਾਰਾ ਦਿਨ
ਚੰਗਾ ਭੁੱਖ ਲੱਗੀ ਹੋਈ ਹੈ ਚਾਹ ਪਾ ਦੇ ਭਾਬੀ ਹਾਂ ਭੁੱਖ ਹੀ ਲੱਗੀ ਰਹਿੰਦੀ ਹੈ ਘਰੇ ਪਹਿਲਾਂ ਪੰਜੀਰੀ ਝੁਲਸ ਕੇ ਆਇਆ ਸੀ ਪੀਰੀ ਜਾ ਇੱਕ ਸੱਚ ਹੋਰ ਗੱਲ ਲੈ ਮੈਂ ਤਾਂ ਭੁੱਲ ਹੀ ਗਈ ਸੀ ਕੀ ਗੱਲ ਉਹ ਆ ਕੇ ਗਏ ਸੀ ਮਹੰਤ ਉਹ ਕੀ ਕਹਿੰਦੇ ਸੀ ਲੈ ਉਹਨਾਂ ਨੇ ਕੀ ਕਹਿਣਾ ਸੀ ਹੁਣ ਖੁਸ਼ੀ ਆਈ ਆਪਣੇ ਘਰੇ ਉਹਨਾਂ ਨੇ ਆਉਣਾ ਹੀ ਸੀਗਾ ਅੱਜ ਤਾਂ ਮੈਂ ਫਿਰ ਉਹਨਾਂ ਨੂੰ ਦੇ ਕੇ 100 ਰੁਪਇਆ ਸਾਗਣ ਮੋੜਤਾ ਮੈਂ ਭਾਈ ਹਜੇ ਸਾਡਾ ਜਵਾਕ ਨਿਆਣਾ ਗਾ 15-20 ਦਿਨਾਂ ਨੂੰ ਅੱਜ ਚੱਲ ਵਧੀਆ ਹੋ ਗਿਆ ਉਹਨਾਂ ਨੂੰ ਵੀ ਦੇਣੇ ਪੈਣਗੇ ਪੈਸੇ ਹਨਾ ਪੈਸੇ ਕਿਹਾ ਬੜੇ ਕਿਹਾ ਕਹਿੰਦੀ 51,000 ਲਾਉਂ ਪੂਰਾ ਹੈ ਲੈ ਹੋਰ ਹੁਣ ਇੰਨੇ ਪੈਸੇ ਕਿਹਨਾਂ ਤਾਂ ਫਿਰ ਮੈਂ ਕਹਿਤਾ ਮੌਕੇ ਤੇ ਕੋਈ ਨਹੀਂ ਗੱਲ ਹੋ ਜਾਂਦੀ 20,000 ਰੁਪਇਆ ਤਾਂ ਫਿਰ ਵੀ ਲੈ ਕੇ ਜਾਣਗੇ ਉਹ ਚੱਲ ਵਧੀਆ ਹੋ ਗਿਆ ਤੂੰ ਉਹਨਾਂ ਨੂੰ 10 ਦਿਨਾਂ ਦਾ ਕਹਿਤਾ ਇੰਨੇ ਨਾਲੇ ਆਪਣੀ ਕਣਕ ਕੁਣਕ ਵਿਕ ਜੂਗੀ ਫਿਰ ਆ ਜਾਣਗੇ ਪੈਸੇ ਆਪਣੇ ਕੋਲ ਤਾਂ ਹੀ ਫਿਰ ਮੈਂ ਟਾਲਤੇ ਸੀ ਨੱਚਣਗੇ ਆਪਣੇ ਘਰੇ ਆ ਕੇ ਹਾਂ ਹਾਂ ਨੱਚਣਗੇ ਨੱਚਾਂਗੇ ਚੱਲ ਕੋਈ ਨਹੀਂ ਨੱਚ ਲਈ ਹਾਂ ਇਹ ਤਾਂ ਦੇਖ ਇਹਨੂੰ ਸਾਰੀਆਂ ਗੱਲਾਂ ਪਤਾ ਹੈ ਚੱਲ ਐ ਤਾਂ ਹੁਣ ਪਤਾ ਹੋਣਾ ਹੀ ਹੈ ਆਏ ਹੋਏ ਸੀ ਨਾ ਉਹ ਨੱਚਦੇ ਸੀ ਚੱਲ ਚੰਗਾ ਕੋਈ ਨਹੀਂ ਹੁਣ ਰੁਪਈਏ ਮੰਗਣਗੇ ਉਹ ਫਿਰ ਦੇਗਾ ਕਿੱਥੋਂ ਤੂੰ ਦੇਗਾ ਬਾਈ ਮੈਂ ਤਾਂ ਆਪ ਹੀ ਦੇਊਂਗਾ ਚੱਲ ਚੰਗਾ ਜਾ ਤੂੰ ਖਿਆਲ ਰੱਖਿਓ ਉਹਦਾ ਮੈਂ ਆ ਜਾਂਦੀ ਹਾਂ ਤਾਂ ਹੀ ਤਾਂ ਮੈਂ ਫਿਰ ਮੈਂ ਵੀ ਵਗ ਜਾ ਆਹੋ ਵਗ ਜਾ ਤੂੰ ਵੀ ਇੱਥੇ ਕੋਈ ਸ਼ਰਾਰਤੀ ਕਰੇਗਾ ਜਾਂ ਲੈ ਜਾ ਇਹਨੂੰ ਵੀ ਨਾਲ ਹੀ ਚੱਲ ਚੱਲ ਲੈ ਜਾ ਜਿੰਦਰ ਆਇਆ ਉਹ ਨਹੀਂ ਪਿਆ ਰਹਿਣ ਦੇ ਤਾਂ ਕੋਈ ਨਹੀਂ ਮੈਂ ਤਾਂ ਲਿਆਉਂਗਾ ਅੰਮ ਦੀਆਂ ਚੀਜ਼ਾਂ ਲੈ ਜਾ ਘਰੇ ਚੱਕ ਕੇ ਜਾ ਵਗ ਜਾ ਹੋਰ Yeah.
दादी का टूहा भन्नना चुप कर जो डैन बड़ा मुंडा बड़ा दे बेटा कह जा हैगा तू भी ना रल गया ओना नु बड़ा दे दी तू ना हट तो नहीं आउंदी खुद ही चाल बनाता नहीं नहीं बनाउंदी ओना नु तो नाच के गए ने अपने बढ़िया खुशी मना के गए ले बाजी आ तो नचियां नहीं हैगी मैं ही कल्ली नची चल बड़ा रे भाई आ कई बारी एदे विचो निकल जांदा हुंदा जवाक देख बड़ा दे देख पूरे बड़ा दे है कि मैं निकल जूगा ए घुट के फड़या होया ले अपना दे एदे बेटे हजे बाल ही नहीं आए आजी भेड़े फड़ा दे हे मैं मर जा भाई ओने नु कहे दर जी रा पता नहीं संगसार बड़े है के तू आ मारे मुंडा ओनु की हाल लग गया तैनू हो जे आना बनी मुंडे ने तुम्हारा ए बनी मुंडे नु आ जदो मैं कह दी आप डटे ते पा लो तो कोई मन्नी नहीं हुन मुंडा आ गया हुन कह दी है ना कहीं है ना भाई मैं कटया इथो हुन तैनू कड़ो भी बहुत मैं पहले मुंडे कर दे बोल दी सी लग गया कहा भी ओए रामा कानू बोलिए नहीं तैनू पता तो उन्ने ही वध बोली जाऊगी चुप कर जा तू आज जवाब संभाल ला भाई और जुलूस कढ़ने अगला पता नहीं की आकूगा भी पता नहीं किहो जे बंदे ने सारे पिछो रुपये चक्कर लाके बाबिया हुंदे ने उह उह बाबे ने तां मैनूं 100 रुपया दित्ता सी ਭਾਬੀ ਨੇ ਖੋਲਿਆ ਆਹੋ ਦਿੱਤਾ ਸੱਕੇ ਸੀ ਤੂੰ ਐ ਨਹੀਂ ਕਰਦੇ ਹੁੰਦੇ ਵੇ ਮੇਰੀ ਗੱਲ ਸੁਣ ਭਾਈ ਲੈ ਤਾ ਓਹੇ ਜੇ ਇੱਕ ਸਾਹਮਣੇ ਆ ਧੜ ਕੇ ਨਾਲ ਜਾ ਮੈਂ ਜਾ ਕੇ ਪਿਓ ਕੋਲ ਤੇਰੇ ਪਿਓ ਵਾਗਿਆ ਤੂੰ ਮੈਂ ਜਾ ਕਰੇ ਤੇਰਾ ਘਰ ਕੋਈ ਨਹੀਂ ਬੈਠਾ ਰਹਿਣ ਦੇ ਮੈਂ ਨਹੀਂ ਆਂਦਾ ਯਾਰ ਤੇਰਾ ਘਰ ਕਿੰਨੀ ਦੂਰ ਹੈ ਓਏ ਬੈਠਾ ਰਹਿਣ ਦੇ ਕਾਨੂੰਨ ਫੇਰ ਤੂੰ ਆ ਮੇਰੇ ਨਾਲੇ ਚੱਲ ਚੱਗਾ ਮਾਰੀਆ ਨਾ ਭਾਈ ਕੜੀ ਬੰਨੀ ਫਿਰਦਾ ਟਾਈਮ ਟੂ ਦੇਖਣਾ ਨਹੀਂ ਆਉਂਦਾ ਓਏ ਇਹਨੇ ਤਾਂ ਸਵੀਟ ਹੀ ਹੈਗੀ ਬਾਹਰਲੀ ਕੜੀ ਇਹ ਸੋਨੂ ਕੀ ਪਤਾ ਜਾਂਦਾ ਚੱਲ ਚੱਗਾ ਆ ਜਾ ਗਰਜੀਤ ਜਾ ਚੁੱਕੀ जी दोस्तों सत श्री अकाल हुणे हुणे तुसीं साडी वीडियो देख के हटे हो वीडियो किहो जी लगी अपने विचार कमेंटां दे विच जरूर दस्या करो जिहड़े दोस्तां ने चैनल सबसक्राइब नहीं कीता उह चैनल नूं जरूर सबसक्राइब कर लिओ नाल दित्ती बैल जरूर दबा लिया करो तां जो तुहाडे कोल साडियां नवीं नवीं वीडियो दी नोटिफिकेशन पहुंच सके वीडियो वधिया लगदी हुंदी आ तां अपने दोस्तां दे विच शेयर जरूर कर दिया करो धन्नवाद दोस्तों सत श्री अकाल।